ਯੂਐਸ ਏ ਸਨ ਫਰਾਂਸਿਸਕੋ ਤੋਂ ਸਮੁੰਦਰ ਦੇ ਵਿੱਚ ਜੇਲ੍ਹ ਬਣਾਈ ਹੋਈ ਹੈ ਜਿਹਨੂੰ ਕਾਲੇ ਪਾਣੀ ਕਹਿੰਦੇ ਨੇ। ਇੱਥੇ ਉਹ ਕੈਦੀਆਂ ਨੂੰ ਲਿਆਉਂਦੇ ਅਤੇ ਜਿਹਨਾਂ ਨੂੰ ਮੁੜ ਕੇ ਵਾਪਸ ਨਹੀਂ ਲੈ ਕੇ ਜਾਣਾ, ਬੜੀ ਤੰਗੀ ਰੱਖਦੇ ਤੇ ਇਹਨਾਂ ਨੂੰ, ਥੋੜ੍ਹੀ ਥੋੜ੍ਹੀ ਜਗ੍ਹਾ 'ਚ ਇਹਨਾਂ ਨੂੰ ਰੱਖਣਾ। ਆਹ ਦੇਖੋ ਉਹਨਾਂ ਦੇ ਜਿੱਥੇ ਉਹਨਾਂ ਦੇ ਕੱਪੜੇ ਪਏ ਨੇ, ਬੂਟ ਪਏ ਨੇ, ਇਹ ਕੱਪੜੇ ਪਏ ਨੇ ਉਹਨਾਂ ਦੇ ਅਤੇ ਉਹ ਸਾਹਮਣੇ ਬੂਟ ਪਏ ਨੇ। ਇਹ ਯਾਦਗਾਰਾਂ ਗੋਰਿਆਂ ਦੀਆਂ ਸਾਂਭੀਆਂ ਹੋਈਆਂ ਨੇ, ਦੇਖ ਲਓ। ਇਹ ਬੁਰਸ ਦਾੜੀ ਸਾਫ ਕਰਨ ਵਾਲੇ ਬੁਰਸ ਪਏ ਨੇ, ਹੋਰ ਸਮਾਨ ਪਿਆ। ਇਹ ਉਹਨਾਂ ਦੇ ਸਿਰਹਾਣੇ ਪਏ ਨੇ, ਬਿਸਤਰਾ, ਕੰਬਲ, ਸਿਰਹਾਣਾ ਅਤੇ ਕੈਦੀਆਂ ਦੇ। ਇੱਥੋਂ ਫਿਰ ਭੱਜ ਗਏ ਸੀ ਆਪਣੇ ਤਿੰਨ ਇੰਡੀਅਨ, ਬਹੁਤ ਦੁਖੀ ਹੋਏ ਵਿਚਾਰੇ, ਸਮੁੰਦਰ ਸਾਲਾ ਮਾਰ ਪਾਣੀ 'ਚ ਸਾਲਾ ਮਾਰ ਕੇ ਭੱਜ ਗਏ ਇੱਥੋਂ। ਉਹਨਾਂ ਦਾ ਪਤਾ ਨਹੀਂ ਲੱਗਿਆ ਫਿਰ ਜਿਉਂਦੇ ਨੇ ਜਾਂ ਮਰੇ ਨੇ।